ਵਡਾਲੀ ਹੋਣਾ ਦਾ ਨਾਮ ਲਿੱਤਾ, ਬਿਲਕੁਲ ਨਾਲ ਨੇ ਵਡਾਲੀ ਹੋਣੇ, ਕਦੀ ਗਏ ਮਿਲਿਆ, ਕਦੀ ਕੋਸ਼ਿਸ਼ ਕੀਤੀ? ਕੋਸ਼ਿਸ਼ ਬਹੁਤ ਕੀਤੀ ਭਾਜੀ ਨੂੰ ਮਿਲਦੀ, ਪਰ ਭਾਜੀ ਮਿਲੇ ਨੀ ਕਦੀ, ਕਿਉਂਕਿ ਜਦੋਂ ਹਰ ਆਰਟਿਸਟ ਵੱਡਾ ਹੁੰਦਾ ਹੈ ਤੇ ਉਹਨੂੰ ਹਰ ਫੰਕਸ਼ਨ ਵਗੈਰਾ ਬਾਹਰ ਦੇ ਜ਼ਿਆਦਾ ਭਾਈ ਰਹਿੰਦੇ, ਤੁਹਾਨੂੰ ਪਤਾ ਬਾਹਰ ਕੈਨੇਡਾ ਵਗੈਰਾ ਵਾ। ਤੇ ਫਿਰ ਵਾਜਾ ਕਿੱਥੇ ਗਿਆ ਤੁਹਾਡਾ? ਵਾਜਾ ਜਦੋਂ ਮੇਰੀ ਮਦਰ ਠੀਕ ਨਹੀਂ ਸੀ, ਮੈਂ ਉਦੋਂ ਵੇਚਿਆ ਭਾਜੀ। ਕਿੰਨੇ ਦਾ ਵੇਚਿਆ? ਮੈਂ 1300 ਰੁਪਏ ਦਾ ਵੇਚਿਆ ਭਾਜੀ। 1300 ਰੁਪਏ ਚ ਆਪਣਾ ਸਾਜ ਵੇਚਣਾ ਪੈ ਗਿਆ ਮਾਂ ਦਾ? ਹਾਂਜੀ। ਤੇ ਹੁਣ ਮਾਂ ਦਾ ਸੁਪਨਾ ਪੂਰਾ ਹੋਏਗਾ ਤੇ ਫਿਰ ਕਿੰਨੇ ਕੁ ਵਾਜੇ ਆ ਜਾਣਗੇ ਘਰ? ਮੈਂ ਵਾਜਾ ਭਾਜੀ ਜਿਹੜਾ 1300 ਦਾ ਲਿਆ, ਮੈਂ ਉਹੀ ਵਾਜਾ ਦੁਬਾਰਾ ਉਸੇ ਟੋਪਿੰਗ ਦੇ ਵਿੱਚ ਬਣਾਵਾਂਗਾ, ਉਸ ਵਾਜੇ ਨੂੰ ਰੱਖਾਂਗਾ ਭਾਜੀ ਸੰਭਾਲ ਕੇ। ਕਿੱਥੇ ਜਾ ਕੇ ਬਹਿ ਗਈਏ, ਜਿੱਥੋਂ ਮੁੜ ਕੇ ਨਾ ਆਵੇ ਮੈਂ। ਅੱਜ ਵੀ ਹਾਲਾਤ ਉਹੀ ਦੇਖਦਾ ਪਿਆ ਵਾ ਕਿ ਹਾਲਾਤ ਉਸ ਤਰ੍ਹਾਂ ਦੇ ਬਣੇ ਹੋਏ ਜਿਸ ਤਰ੍ਹਾਂ ਦੇ ਪਹਿਲੋ ਹਾਲਾਤ ਸੀਗੇ, ਤੇ ਇੱਕ ਦੋ ਬਦਲਣਗੇ। ਬਟੂ ਸਿੰਗਰ ਕਦੋਂ ਬਣੇਗਾ, ਕਦੋਂ ਆਪਣੀ ਮਾਂ ਦਾ ਸੁਪਨਾ ਪੂਰਾ ਕਰ? ਜੰਗ ਹੈ ਮੇਰੇ ਵਾਸਤੇ, ਮੈਂ ਜੰਗ ਹੀ ਕਹਿੰਦਾ, ਲੜਨਾ ਜ਼ਰੂਰ ਹੈ, ਲੜਾਂਗੇ ਜਿੰਨਾ ਤੱਕ ਹਿੰਮਤ ਹੈ, ਜਿੰਨਾ ਤੱਕ ਸਵਾਸ ਹੈ ਉਨਾ ਤੱਕ ਲੜਾਂਗੇ ਅੱਗੇ ਪਰਮਾਤਮਾ ਜਾਣੇ। ਚਿੰਦਰਾ ਮਾਰ ਜਾਣਾ, ਮਨ ਨੂੰ ਮਲਾਲ ਹੁੰਦਾ ਹੈ ਕਿਉਂਕਿ ਪੰਜਾਬ ਦੇ ਏਡੇ ਵੱਡੇ ਸਿੰਗਰ ਸਾਡੇ ਲਾਗੇ ਛਾਗੇ ਹੋਣ। ਰੋਸਾ ਭਾਜੀ ਬਹੁਤ ਹੁੰਦਾ ਹੈ ਕਿ ਇੰਨੀ ਸੋਹਣੀ ਆਵਾਜ਼ ਵੀ ਪਰਮਾਤਮਾ ਨੇ ਦਿੱਤੀ ਆ ਤੇ ਕਿਸੇ ਕੰਮ ਨੀ ਹੈ ਭਾਜੀ, ਕਿਉਂਕਿ ਹਾਲਾਤ ਗਰੀਬੀ ਦੇ ਬਹੁਤ ਮਾਰੇ ਨੇ, ਕਿਉਂਕਿ ਜਦੋਂ ਬੰਦਾ ਗਰੀਬੀ ਦੇ ਵਿੱਚ ਪੈਂਦਾ, ਮੈਨੂੰ ਪਤਾ ਕਿ ਜਦੋਂ ਸਵੇਰੇ ਉੱਠ ਕੇ ਉਸ ਬੰਦੇ ਨੇ ਕਿਹਾ ਮੈਂ ਤਾਰ ਕੱਟ ਜਾਣੀ, ਤੇ ਮੈਂ ਸੋਚਣਾ ਕਿ ਯਾਰ ਮੈਂ 32 ਚ ਹਨੇਰੇ ਚ ਕਿਸ ਤਰ੍ਹਾਂ ਬਵਾਂਗਾ, ਗਰਮੀ ਬਹੁਤ ਆ, ਜਗਲਾ ਜਿੰਦਰਾ ਮਾਰ ਗਿਆ, ਫਿਰ ਛੇੜ ਸਭ ਸੋਣਾ ਆਪਣਾ। 2 ਸਾਲ ਪਹਿਲਾਂ ਵੀ ਮੈਂ ਤੁਹਾਨੂੰ ਮਿਲਿਆ ਸੀ, ਉਸ ਟਾਈਮ ਵੀ ਤੁਹਾਡੀ ਮਾਤਾ ਜੀ ਦੀ, ਤੁਹਾਡੇ ਪਿਤਾ ਜੀ ਦੀ ਤਸਵੀਰ ਇੱਥੇ ਨਹੀਂ ਸੀ ਨਜ਼ਰ ਆ, ਹੁਣ ਵੀ ਨਹੀਂ ਨਜ਼ਰ ਆ ਰਹੀ, ਕਾਰਨ ਕੀ ਹੈ ਇਹਦੇ ਪਿੱਛੇ? ਮੇਰੀ ਮਾਂ ਨੇ ਮੈਨੂੰ ਇੱਕ ਕੰਮ ਸੌਂਪਿਆ ਸੀ ਕਿ ਪੁੱਤਰ ਤੂੰ ਇੱਕ ਸਿੰਗਰ ਬਣਨਾ, ਤੂੰ ਸਟਾਰ ਬਣਨਾ, ਕਿ ਜਿੰਨਾ ਤੱਕ ਮੈਂ ਸਿੰਗਰ ਨਹੀਂ ਬਣਦਾ, ਸਟਾਰ ਨਹੀਂ ਬਣਦਾ, ਉਹਨਾਂ ਤੱਕ ਮੈਂ ਆਪਣੀ ਮਾਂ ਨੂੰ ਨਜ਼ਰ ਨਹੀਂ ਮਿਲਾ ਸਕਦਾ। ਸ਼ਾਇਦ ਅੱਜ ਮੇਰੀ ਮਾਂ ਹੁੰਦੀ ਤੇ ਮੈਨੂੰ ਪਤਾ ਸੀ ਕਿ ਘਰਾਂ ਦੇ ਕੰਮ ਕਰਕੇ ਉਹਨੇ ਜੂਠੇ ਬਰਤਨ ਮਾਂਜ ਕੇ ਕੱਪੜੇ ਜਿਹੜੇ ਧੋ ਕੇ ਮੈਨੂੰ ਸਿੰਗਰ ਬਣਾ ਦੇਣਾ ਸੀ, ਕਿਸੇ ਨਾ ਕਿਸੇ ਮੰਜ਼ਿਲ ਤੇ ਪਹੁੰਚਾਉਣਾ ਸੀ, ਪਰ ਅੱਜ ਮੇਰੀ ਮਾਂ ਨਹੀਂ ਆ ਤੇ ਪਰ ਮੈਨੂੰ ਅੱਜ ਫਿਰ ਵੀ ਇਹ ਲੱਗਦਾ ਪਿਆ ਕਿ ਸ਼ਾਇਦ ਮੈਂ ਉਹਦੀ ਤਸਵੀਰ ਲਾਉਣ ਯੋਗ ਹੀ ਨਹੀਂ ਹੋਇਆ। ਅੱਜ ਹੁਣ ਲੱਗਦਾ ਕਿ ਹੁਣ ਤਸਵੀਰ ਲਾਵਾਂਗਾ, ਜਦੋਂ ਕੋਈ ਮੇਰਾ ਪ੍ਰੋਜੈਕਟ ਆਏਗਾ, ਜਦੋਂ ਮੈਂ ਸਟੇਜਾਂ ਤੇ ਖੜ ਕੇ ਗਾਵਾਂਗਾ, ਉਦੋਂ ਮੈਂ ਆਪਣੀ ਮਾਂ ਦੀ ਤਸਵੀਰ ਲਾਵਾਂਗਾ। ਮੈਂ ਇਸ ਕਮਰੇ ਦੇ ਇਸ ਜਗ੍ਹਾ ਤੇ ਬੈਠ ਕੇ ਮੈਂ ਬੜਾ ਰੋਇਆ ਭਾਜੀ, ਮੰਦਰ ਵੱਲ ਨੂੰ ਮੂੰਹ ਕਰਕੇ ਮੈਂ ਬਹੁਤ ਰੋਇਆ ਕਿ ਹੁਣ ਹੀ ਸੁਣ ਲਾ ਪਰਮਾਤਮਾ, ਹੁਣ ਤੇ 10 ਸਾਲ ਹੋ ਗਏ ਆ, 11ਵਾਂ ਸਾਲ ਚੜ੍ਹਨ ਵਾਲਾ ਹੈ, ਮਾਂ ਦਾ ਸੁਪਨਾ ਫਿਰ ਉੱਥੇ ਦੀ ਉੱਥੇ ਆ, ਪਤਾ ਨਹੀਂ ਮੇਰੀ ਜ਼ਿੰਦਗੀ 5 ਸਾਲ ਹੋ ਰਿਹਾ, 10 ਸਾਲ ਹੋ ਰਿਹਾ ਜੀ, ਅਗਰ ਮਾਂ ਦਾ ਸੁਪਨਾ ਨਾ ਪੂਰਾ, ਮੈਂ ਉੱਪਰ ਜਾ ਕੇ ਕੀ ਜਵਾਬ ਦੂੰਗਾ ਆਪਣੀ ਮਾਂ ਨੂੰ ਕਿ ਮੈਂ ਸੁਪਨਾ ਤੇਰਾ ਪੂਰਾ ਨਹੀਂ ਕਰ ਸਕਿਆ, ਕੰਮ ਅਸੀਂ ਸੀ ਉਹ ਨਹੀਂ ਮੈਂ ਪੂਰਾ ਕਰ ਸਕਿਆ ਤੇਰਾ। ਹੱਥਾਂ ਦੀ ਚੂਰੀ ਮਖਾਨ ਨੂੰ ਤਰਸ ਗਏ, ਸ਼ੌਲ ਤੇਰਾ ਆਪਣੇ ਤੇ ਔਰ ਨਹੀਂ ਮੈਂ। ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਸੋਸ਼ਲ ਮੀਡੀਆ ਦੇ ਵਿੱਚ ਕੋਈ ਵੀ ਅਗਰ ਵਿਅਕਤੀ ਹੋਵੇ ਉਸਨੂੰ ਦਿਨੋ ਦਿਨ ਲੋਕ ਬੁਲੰਦੀਆਂ ਤੇ ਲੈ ਜਾਂਦੇ ਨੇ ਤੇ ਕਈ ਲੋਕਾਂ ਨੂੰ ਬੁਲੰਦੀਆਂ ਤੋਂ ਲਾਹ ਵੀ ਦਿੰਦੇ ਨੇ। ਇੱਕ ਇਸ ਤਰ੍ਹਾਂ ਦਾ ਹੀ ਨੌਜਵਾਨ ਜਿਸਦੀ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ, ਜਿਸ ਵਿੱਚ ਉਹ ਗਾਣਾ ਗੁਣਗੁਣਾਉਂਦਾ ਹੋਇਆ ਨਜ਼ਰ ਆਇਆ, ਲੇਕਿਨ ਉਸ ਤੋਂ ਬਾਅਦ ਸੋਸ਼ਲ ਮੀਡੀਆ ਨੇ ਉਸਨੂੰ ਚੰਗਾ ਇੱਕ ਪਲੇਟਫਾਰਮ ਦੇਣ ਦੀ ਕੋਸ਼ਿਸ਼ ਕੀਤੀ। ਵਿਜੇ ਮੱਟੂ ਸਾਡੇ ਨਾਲ ਮੌਜੂਦ ਹੈ, ਗੱਲਬਾਤ ਕਰਦੇ ਹਾਂ। ਮੱਟੂ ਸਾਹਿਬ, ਸੋਸ਼ਲ ਮੀਡੀਆ 'ਚ ਕਿੰਨਾ ਕੁ ਦਮ ਸਮਝਦੇ ਤੁਸੀਂ?
ਬਹੁਤ ਜ਼ਿਆਦਾ ਭਾਜੀ ਦਮ ਸਮਝਦਾ ਕਿ ਅਗਰ ਸੋਸ਼ਲ ਮੀਡੀਆ ਦਮ ਹੈ ਤੇ ਮੇਰੀ ਵੀਡੀਓ ਵਾਇਰਲ ਹੋ ਰਹੀ ਹੈ, ਲੋਕ ਮੈਨੂੰ ਪਿਆਰ ਕਰ ਰਹੇ ਨੇ ਤੇ ਇੰਨਾ ਹੀ ਬੜਾ ਕਿ ਲੋਕ ਪਿਆਰ ਕਰ ਰਹੇ, ਮੈਨੂੰ ਸੁਣ ਰਿਹਾ ਕਿ ਹੁਣ ਲੱਗਦਾ ਕਿ ਸ਼ਾਇਦ ਮੇਰੀ ਮਦਦ ਦਾ ਸੁਪਨਾ ਜਾਂ ਮੇਰਾ ਸੁਪਨਾ ਪੂਰਾ ਹੋਏਗਾ। ਅਕਸਰ ਹੀ ਮਾਂ ਬਾਪ ਜਦੋਂ ਹੁੰਦੇ ਨੇ ਤੇ ਅਸੀਂ ਉਹਨਾਂ ਨੂੰ ਅਹਿਮੀਅਤ ਨਹੀਂ ਦੇ ਪਾਉਂਦੇ, ਕਿ ਲੱਗਦਾ ਹੈ ਕਿ ਜਦੋਂ ਚਲੇ ਜਾਂਦੇ ਨੇ ਸਾਨੂੰ ਜ਼ਿਆਦਾ ਅਹਿਮੀਅਤ ਨਜ਼ਰ ਆਉਂਦੀ। ਤੁਹਾਡਾ ਪਹਿਲਾਂ ਵੀ ਮੈਂ ਤਾਂ ਇੰਟਰਵਿਊ ਕੀਤਾ ਸੀ, ਉਸ ਵੇਲੇ ਵੀ ਤੁਸੀਂ ਕਹਿੰਦੇ ਮੇਰੀ ਮਾਂ ਨਾਲ ਬਹੁਤ ਜ਼ਿਆਦਾ ਮੇਰਾ ਲਗਾਵ ਸੀ, ਲੱਗਦਾ ਹੈ ਕਿ ਹੁਣ ਉਹਨਾਂ ਦਾ ਸੁਪਨਾ ਪੂਰਾ ਹੁੰਦਾ ਹੈ ਨਜ਼ਰ ਆਏਗਾ ਔਰ ਵਿਜੇ ਮੱਟੂ ਸਿੰਗਰ ਬਣਦਾ ਹੋਇਆ ਨਜ਼ਰ ਆਏਗਾ ਲਗਾਤਾਰ? ਮੈਂ ਸੁਪਨਾ ਮੇਰੀ ਮਾਂ ਦਾ ਹੈ, ਮੈਂ ਸਿੰਗਰ ਉਹਨਾਂ ਵਾਸਤੇ ਹਾਂ, ਮੈਂ ਬਾਕੀ ਜਿੰਨੇ ਵੀ ਸਰੋਤੇ ਉਹਨਾਂ ਵਾਸਤੇ, ਉਹਨਾਂ ਦਾ ਭਰਾ ਹੀ ਹਾਂ, ਉਹਨਾਂ ਦਾ ਵੀਰ ਹੀ ਹਾਂ, ਜਿਸ ਤਰ੍ਹਾਂ ਮੈਂ ਹੁਣ ਰਹਿ ਰਿਹਾ ਉਸ ਤਰ੍ਹਾਂ ਹੀ ਮਿਲਾਂਗਾ, ਉਸ ਤਰ੍ਹਾਂ ਹੀ ਰਹਿਣਾ ਵਾ। ਬਾਕੀ ਸਿੰਗਰ ਮੈਂ ਆਪਣੀ ਮਾਂ ਦੀ ਰੂਹ ਵਾਸਤੇ ਕਿ ਮੇਰੀ ਮਾਂ ਜਿਹੜੇ ਚੱਲ ਵਸ ਗਏ ਨੇ, ਦੁਨੀਆਂ ਤੋਂ ਚਲੇ ਗਏ ਨੇ, ਉਹਨਾਂ ਵਾਸਤੇ ਸਿੰਗਰ ਹੈ। ਮੈਂ ਆਮ ਜਨਤਾ ਵਾਸਤੇ ਸਿੰਗਰ ਨਹੀਂ, ਆਮ ਜਨਤਾ ਵਾਸਤੇ ਮੋਹੀ ਹਾਂ ਵਿਜੇ ਮੱਟੂ ਜਿਹੜਾ ਪਹਿਲੇ ਹੈ। ਵਿਜੇ ਮੱਛਾ ਹੀ ਜਦੋਂ ਤੁਸੀਂ ਰਿਆਜ਼ ਕਰਦੇ ਹੋਗੇ, ਲੋਕ ਵੀ ਪ੍ਰੇਜ਼ ਕਰਦੇ ਹੋਣਗੇ, ਤੁਸੀਂ ਵੀਡੀਓ ਜਿਸ ਤਰ੍ਹਾਂ ਬੈਠ ਕੇ ਬੋਲ ਰਹੇ ਸੀਗੇ, ਗਾਣਾ ਬੋਲਿਆ ਜਾ ਰਿਹਾ ਸੀਗਾ, ਮਾਂ ਨੂੰ ਯਾਦ ਕੀਤਾ ਜਾ ਰਿਹਾ ਸੀ, ਉਸ 'ਚ ਵੀ ਦਰਦ ਨਜ਼ਰ ਆ ਰਿਹਾ ਸੀ, ਉਹ ਕੀ ਸਬੱਬ ਬਣਿਆ ਕਿ ਜਦੋਂ ਤੁਸੀਂ ਇਹ ਗਾਣਾ ਗੁਣਗੁਣਾ ਰਹੇ ਸੀਗੇ ਮਾਂ ਦੀ ਯਾਦ ਆ ਰਹੀ ਸੀ, ਕਿਉਂਕਿ ਬਰਤਨ ਧੋਂਦੇ ਹੋਏ ਤੁਹਾਡੀ ਉਹ ਵੀਡੀਓ ਨਜ਼ਰ ਆਈ? ਉਹ ਗਾਣਾ ਇਸ ਤਰ੍ਹਾਂ ਕਿ ਜਦੋਂ ਆਪਾਂ ਕੁਛ ਗੱਲਾਂ ਹੁੰਦੀਆਂ ਕਿ ਮਾਂ ਬਾਪ ਕਰਦਾ ਹੈ, ਤੇ ਮੈਨੂੰ ਕੁਛ ਇਹ ਲੱਗਾ ਕਿ ਯਾਰ ਕੰਮ ਕਰਦੇ ਆ ਹੀ ਮਾਂ ਬਾਪ ਦੀ ਕਮੀ ਪੂਰੀ ਹੋ ਜਾਂਦੀ ਹੈ। ਅਗਰ ਬਰਤਨ ਮਾਂਜੋਗੇ ਤੇ ਮਾਂ ਦੀ ਕਮੀ ਪੂਰੀ ਹੋਣੀ ਹੈ, ਰੋਟੀ ਬਣਾਓਗੇ ਮਾਂ ਦੀ ਕਮੀ ਪੂਰੀ ਹੋਣੀ ਹੈ, ਕੰਮ ਕਰੋਗੇ ਤੇ ਬਾਪ ਦੀ ਕਮੀ ਪੂਰੀ ਹੋਣੀ। ਤੇ ਅੱਜ ਵਿਜੇ ਮੱਟੂ ਸਟਾਰ ਬਣਦਾ ਹੋਇਆ ਨਜ਼ਰ ਆ ਰਿਹਾ, ਵੀਡੀਓ ਵਾਇਰਲ ਹੋ ਰਹੀ ਹੈ, ਕਿਸ ਤਰ੍ਹਾਂ ਵੇਖਦੇ ਹੋ ਸਰ? ਬੜਾ ਹੀ ਖੁਸ਼ ਹਾਂ ਮੈਂ ਕਿ ਇੱਕ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਹਾਂ ਕਿ ਜਿਹਨੇ ਨਿਗਾਹ ਸਵਾਲੀ ਕੀਤੀ ਹੈ ਮੇਰੇ 'ਤੇ, ਇੱਕ ਤੁਹਾਡੇ ਭਰਾਵਾਂ ਦਾ ਸ਼ੁਕਰ ਗੁਜ਼ਾਰ ਹਾਂ ਕਿ ਜਿਹੜੇ ਮੇਰੇ ਘਰ ਚੱਲ ਕੇ ਮੇਰੀਆਂ ਵੀਡੀਓ ਦਿਨੋ ਦਿਨ ਵਾਇਰਲ ਹੋ ਰਹੀਆਂ ਵਾ। ਇੰਨਾ ਬੜਾ ਸ਼ੁਕਰ ਹੈ ਕਿ ਹੁਣ ਲੱਗਦਾ ਕਿ ਪਿਛਲੇ 13 ਸਾਲ ਤੋਂ 10 ਸਾਲ ਤੋਂ ਜਿਹੜਾ ਮੇਰੀ ਮਾਂ ਦਾ ਸੁਪਨਾ ਇੱਕ ਸਜੋਇਆ ਸੀ ਮੇਰੀ ਮਾਂ ਨੇ ਕਿ ਮੇਰਾ ਪੁੱਤਰ ਸਿੰਗਰ ਬਣੇ, ਮੇਰਾ ਪੁੱਤਰ ਸਟਾਰ ਬਣੇ, ਉਹ ਮੈਨੂੰ ਲੱਗਦਾ ਕਿ ਹੁਣ 10 ਸਾਲ ਦੀ ਮੁੱਲ ਮੇਰਾ ਮੁੜਦਾ ਟਾਈਮ ਆ ਗਿਆ। 10 ਸਾਲ ਦੀ ਗੱਲ ਕੀਤੀ ਤੁਸੀਂ, 10 ਸਾਲ ਤੋਂ 2 ਸਾਲ ਪਹਿਲਾਂ ਵੀ ਮੈਂ ਤੁਹਾਨੂੰ ਮਿਲਿਆ ਸੀ, ਉਸ ਟਾਈਮ ਵੀ ਤੁਹਾਡੀ ਮਾਤਾ ਜੀ ਦੀ, ਤੁਹਾਡੇ ਪਿਤਾ ਜੀ ਦੀ ਤਸਵੀਰ ਇੱਥੇ ਨਹੀਂ ਸੀ ਨਜ਼ਰ ਆ, ਹੁਣ ਵੀ ਨਹੀਂ ਨਜ਼ਰ ਆ ਰਹੀ, ਕਾਰਨ ਕੀ ਹੈ ਇਹਦੇ ਪਿੱਛੇ? ਇਹਦਾ ਕਾਰਨ ਇਹ ਹੈ ਕਿ ਮੈਂ ਇੱਕ ਐਗਜ਼ਾਮਪਲ ਦੇਵਾਂਗਾ, ਜਿਸ ਤਰ੍ਹਾਂ ਆਪਾਂ ਸਕੂਲ ਕਿਸੇ ਬੱਚੇ ਨੂੰ ਭੇਜਦੇ ਹਾਂ ਅਤੇ ਮੈਡਮ ਕੰਮ ਦਿੰਦੀ ਹੈ ਕਿ ਸਵੇਰੇ ਕੰਮ ਕਰਕੇ ਨਾ, ਅਗਰ ਆਪਾਂ ਕੰਮ ਨਹੀਂ ਕਰਕੇ ਜਾਵਾਂਗੇ ਤਾਂ ਆਪਾਂ ਨੂੰ ਸਵੇਰੇ ਪਤਾ ਹੋਏਗਾ ਕਿ ਯਾਰ ਮੈਡਮ ਨੇ ਡਾਂਟ ਪਾਉਣੀ ਹੈ ਜਾਂ ਸਰ ਡਾਂਟੇਗਾ। ਅਤੇ ਮੇਰਾ ਐਗਜ਼ਾਮਪਲ ਦਾ ਇਹੀ ਹੈ ਕਿ ਮੇਰੀ ਮਾਂ ਨੇ ਮੈਨੂੰ ਇੱਕ ਕੰਮ ਸੌਂਪਿਆ ਸੀ ਕਿ ਪੁੱਤਰ ਤੂੰ ਇੱਕ ਸਿੰਗਰ ਬਣਨਾ, ਤੂੰ ਸਟਾਰ ਬਣਨਾ ਹੈ, ਕਿ ਜਿੰਨਾ ਤੱਕ ਮੈਂ ਸਿੰਗਰ ਨਹੀਂ ਬਣਦਾ, ਸਟਾਰ ਨਹੀਂ ਬਣਦਾ, ਉਹਨਾਂ ਤੱਕ ਮੈਂ ਆਪਣੀ ਮਾਂ ਨੂੰ ਨਜ਼ਰ ਨਹੀਂ ਮਿਲਾ ਸਕਦਾ। ਸ਼ਾਇਦ ਅੱਜ ਮੇਰੀ ਮਾਂ ਹੁੰਦੀ ਤਾਂ ਮੈਨੂੰ ਪਤਾ ਸੀ ਕਿ ਘਰਾਂ ਦੇ ਕੰਮ ਕਰਕੇ ਉਹਨੇ ਜੂਠੇ ਬਰਤਨ ਮਾਂਜ ਕੇ ਕੱਪੜੇ ਜਿਹੜੇ ਧੋ ਕੇ ਮੈਨੂੰ ਸਿੰਗਰ ਬਣਾ ਦੇਣਾ ਸੀ, ਕਿਸੇ ਨਾ ਕਿਸੇ ਮੰਜ਼ਿਲ 'ਤੇ ਪਹੁੰਚਾਉਣਾ ਸੀ, ਪਰ ਅੱਜ ਮੇਰੀ ਮਾਂ ਨਹੀਂ ਹੈ। ਅਤੇ ਪਰ ਮੈਨੂੰ ਅੱਜ ਫਿਰ ਵੀ ਇਹ ਲੱਗਦਾ ਪਿਆ ਕਿ ਸ਼ਾਇਦ ਮੈਂ ਉਹਦੀ ਤਸਵੀਰ ਲਾਉਣ ਯੋਗ ਹੀ ਨਹੀਂ ਹੋਇਆ। ਅੱਜ ਹੁਣ ਲੱਗਦਾ ਕਿ ਹੁਣ ਤਸਵੀਰ ਲਾਵਾਂਗਾ, ਜਦੋਂ ਕੋਈ ਮੇਰਾ ਪ੍ਰੋਜੈਕਟ ਆਏਗਾ, ਜਦੋਂ ਮੈਂ ਸਟੇਜਾਂ 'ਤੇ ਖੜ੍ਹ ਕੇ ਗਾਵਾਂਗਾ, ਉਦੋਂ ਮੈਂ ਆਪਣੀ ਮਾਂ ਦੀ ਤਸਵੀਰ ਲਾਵਾਂਗਾ। ਕਿਸੇ ਵੀ ਸਿੰਗਰ ਨੇ ਰੀਚ ਕੀਤੀ ਤੁਹਾਨੂੰ? ਕਿਉਂਕਿ ਅਕਸਰ ਹੀ ਪੰਜਾਬੀ ਅਦਾਕਾਰ ਜਿਸ ਤਰ੍ਹਾਂ ਕਿ ਗਲੋਰੀ ਬਾਵਾ ਨੇ ਵੀਡੀਓ ਪਾਈ, ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਮਦਦ ਵੀ ਕੀਤੀ, ਕੀ ਤੁਹਾਡੀ ਕਿਸੇ ਨੇ ਮਦਦ ਕਰਨ ਵਾਸਤੇ ਪਹੁੰਚਿਆ ਜਾਂ ਕਿਸੇ ਦਾ ਫੋਨ ਆਇਆ ਹੋਵੇ ਕਿ ਹਾਂ ਵੀ ਅਸੀਂ ਤੇਰੀ ਮਦਦ ਕਰਨ ਲਈ ਤਿਆਰ ਹਾਂ, ਅਸੀਂ ਤੇਰਾ ਗਾਣਾ ਜਿਹੜਾ ਉਹ ਵੀ ਕਢਵਾਵਾਂਗੇ ਜਾਂ ਤੇਰੀ ਐਲਬਮ ਜਿਹੜੀ ਉਹ ਕਢਵਾਵਾਂ, ਕਿਸੇ ਦਾ ਹਜੇ ਤੱਕ ਕਾਲ ਆਇਆ? ਕਿਸੇ ਦਾ ਨਹੀਂ ਭਾਜੀ, ਪੰਜਾਬੀ ਸਿੰਗਰ ਕਿਸੇ ਦਾ ਵੀ ਕਾਲ ਨਹੀਂ ਮੈਨੂੰ ਆਇਆ ਭਾਜੀ। ਮੈਂ ਅਕਸਰ ਗੱਲਾਂ ਕਰਦਾ ਹੁੰਦਾ ਕਿ ਸ਼ਾਇਦ ਉਸ ਤਰ੍ਹਾਂ ਬੜੇ ਸਿੰਗਰ ਵਾਅਦੇ ਕਰਦੇ ਆ ਯਾਰ ਫਲਾਣੇ ਨੇ ਉਹਨੂੰ ਚੁੱਕਿਆ, ਢੀਂਗੜੇ ਨੇ ਉਹਨੂੰ ਚੁੱਕਿਆ, ਪਰ ਮੈਂ ਇਸ ਗਰੀਬੀ ਹਾਲਾਤ ਦੇ ਵਿੱਚ ਰਹਿ ਕੇ, ਮਿਡਲ ਕਲਾਸ ਹਾਲਾਤ ਦੇ ਵਿੱਚ ਰਹਿ ਕੇ ਇਹ ਗੱਲ ਸੋਚਦਾ ਕਿ ਸ਼ਾਇਦ ਮੇਰੀ ਆਵਾਜ਼ ਹੀ ਨਹੀਂ ਕਿਸੇ ਸਿੰਗਰ ਨੂੰ ਅੱਛੀ ਲੱਗੀ, ਕਿ ਮੇਰੀ ਮਾਂ ਹੀ ਸ਼ਾਇਦ
ਪਾਗਲ ਸੀ ਕਿ ਜਿਹੜੀ ਕਹਿੰਦੀ ਕਿ ਮੇਰਾ ਪੁੱਤ ਬੜਾ ਵਧੀਆ ਗਾਉਂਦਾ, ਬੜਾ ਸੋਹਣਾ ਗਾਉਂਦਾ, ਜਾਂ ਸਿੰਗਰਾਂ ਤੱਕ ਆਵਾਜ਼ ਪਹੁੰਚਦੀ ਨਹੀਂ ਪਈ, ਇਹ ਮੈਨੂੰ ਪਤਾ ਨਹੀਂ ਜਾਂ ਪਰਮਾਤਮਾ ਨੂੰ ਪਤਾ ਹੈ। ਪਰ ਸ਼ਾਇਦ ਮੈਨੂੰ ਹੁਣ ਲੱਗਦਾ ਕਿ ਜਿੰਨੀ ਮੇਰੀ ਵੀਡੀਓ ਵਾਇਰਲ ਹੋ ਰਹੀ ਆ, ਹੁਣ ਕਿਸੇ ਨਾ ਕਿਸੇ ਸਿੰਗਰ ਨੂੰ, ਪੰਜਾਬੀ ਸਿੰਗਰ ਨੂੰ ਮੈਨੂੰ ਸੁਣਨਾ ਚਾਹੀਦਾ ਹੈ। ਇੱਕ ਮੌਕਾ ਦਿਓ, ਸ਼ਾਇਦ ਇੱਕ ਮੌਕੇ ਦੇ ਵਿੱਚ ਮੇਰੀ ਮਾਂ ਦਾ ਸੁਪਨਾ ਪੂਰਾ ਹੋ ਜਾਏ, ਮੈਨੂੰ ਕੁਛ ਨਹੀਂ ਚਾਹੀਦਾ। ਇੱਕ ਸੋਸ਼ਲ ਮੀਡੀਆ ਤੇ ਇੱਕ ਹੋਰ ਗਾਣਾ ਬੜਾ ਵਾਇਰਲ ਹੋਇਆ ਸੀ, ਬਦੋ ਬਦੀ, ਉਹਨੂੰ ਬੜਾ ਲੋਕਾਂ ਨੇ ਮਤਲਬ ਕਿ ਬੜਾ ਨਾਮ ਦਿੱਤਾ। ਕੀ ਲੱਗਦਾ ਹੈ ਕਿ ਲੋਕ ਜਿਹੜੇ ਸਿੰਗਰ ਨੇ ਉਹਨਾਂ ਦੀ ਅਹਿਮੀਅਤ ਭੁੱਲਦੇ ਜਾਂਦੇ ਨੇ, ਜਿਹੜੇ ਆਲਾ ਮਤਲਬ ਕਿ ਇਸ ਨਜਾਇਜ਼ ਗਾਣਾ ਬੋਲਦੇ ਨੇ, ਕੁਛ ਸੁਰ ਨਹੀਂ, ਕੋਈ ਤਾਲ ਨਹੀਂ, ਉਹਨਾਂ ਨੂੰ ਲੋਕੀ ਪ੍ਰੇਜ਼ ਕਰੀ ਜਾਂਦੇ। ਕੀ ਲੱਗਦਾ ਇਹ ਦੁਖਾਂਤ ਨਜ਼ਰ ਆਉਂਦਾ ਤੁਹਾਨੂੰ ਕਿਸੇ ਗੱਲ? ਮੈਂ ਅਕਸਰ ਕਹਿੰਦਾ ਹੁੰਦਾ ਵਾ, ਮੈਂ ਵੀਡੀਓ ਸੁਣਦਾ ਪਿਆ ਸਾਂ ਉਸਤਾਦ ਪੂਰਨ ਚੰਦ ਵਡਾਰੀ ਸਾਹਿਬ ਜੀ ਦੀ ਅਤੇ ਹੰਸ ਰਾਜ ਜੀ, ਪਦਮ ਸ਼੍ਰੀ ਹੰਸ ਰਾਜ ਜੀ ਦੀ। ਉਹ ਕਹਿੰਦੇ ਸੀ ਕਿ ਗਾਣਾ ਉਹ ਗਾਓ ਜਿਹੜਾ ਹਰ ਕੋਈ ਸੁਣੇ, ਅਤੇ ਸੁਣਾਓ ਉਹ ਜਿਹੜਾ ਹਰ ਕੋਈ ਸੁਣ ਕੇ ਕਹੇ ਵਾਹ। ਅਤੇ ਮੈਂ ਕੁਛ ਇਹ ਹੈ ਮੇਰੀ ਕਿ ਮੈਨੂੰ ਗਾਉਣਾ ਨਹੀਂ ਆਉਂਦਾ ਭਾਜੀ, ਮੈਂ ਸੁਰ ਦਾ ਪੱਕਾ ਨਹੀਂ, ਤਾਲ ਦਾ ਪੱਕਾ ਨਹੀਂ, ਮੈਂ ਬੇਸੁਰਿਆਂ ਤੋਂ ਵੀ ਬੇਥੱਲੇ ਹਾਂ। ਮੈਨੂੰ ਲੱਗਦਾ ਕਿ ਜਿਹੜੇ ਬੇਸ ਜਿਹੜੇ ਆਮ ਅੱਜ ਕੱਲ੍ਹ ਗਾ ਰਹੇ ਆ ਉਹਨਾਂ ਦੀ ਅਹਿਮੀਅਤ ਜ਼ਿਆਦਾ ਆ। ਸਾਡੇ ਵਰਗੇ ਮਿਡਲ ਕਲਾਸ ਜਿਹੜੇ ਅੱਛਾ ਗਾਉਂਦੇ ਆ ਚਾਹੇ ਨਹੀਂ ਗਾਉਂਦੇ, ਇਹ ਤੁਹਾਨੂੰ ਪਤਾ ਜਾਂ ਔਡੀਅੰਸ ਨੂੰ ਪਤਾ ਹੈ, ਉਹਨਾਂ ਦੀ ਅਹਿਮੀਅਤ ਘੱਟਦੀ ਜਾ ਰਹੀ ਹੈ। ਇਸ ਚੀਜ਼ ਦਾ ਲੋਕਾਂ ਨੂੰ ਪਤਾ ਹੋਣਾ ਚਾਹੀਦਾ। ਤੁਸੀਂ ਹੰਸਰਾਜ ਹੰਸ ਹੋਣਾਂ ਦੇ ਨਾਲ ਵਡਾਲੀ ਹੋਣਾਂ ਦਾ ਨਾਮ ਲਿੱਤਾ, ਆ ਬਿਲਕੁਲ ਨਾਲ ਨੇ ਵਡਾਲੀ ਹੋਣੇ, ਕਦੀ ਗਏ ਮਿਲਿਆ, ਕਦੀ ਕੋਸ਼ਿਸ਼ ਕੀਤੀ? ਕੋਸ਼ਿਸ਼ ਬੜੀ ਯਾਰ ਕੀਤੀ ਪਰ ਭਾਜੀ ਮਿਲਦੇ ਨਹੀਂ, ਕਿਉਂਕਿ ਕਿਸੇ ਵੇਲੇ ਭਾਜੀ ਬਾਹਰ ਹੁੰਦੇ ਆ, ਕਿਉਂਕਿ ਜਦੋਂ ਹਰ ਆਰਟਿਸਟ ਵੱਡਾ ਹੁੰਦਾ ਹੈ ਤੇ ਉਹਨੂੰ ਹਰ ਫੰਕਸ਼ਨ ਵਗੈਰਾ ਬਾਹਰ ਦੇ ਜ਼ਿਆਦਾ ਭਾਜੀ ਰਹਿੰਦੇ, ਤੁਹਾਨੂੰ ਪਤਾ ਬਾਹਰ ਕੈਨੇਡਾ ਵਗੈਰਾ ਵਾ, ਤੇ ਉਹਦੇ ਵਾਸਤੇ ਹੁਣ ਕਿਉਂਕਿ ਆਪਾਂ ਮਿਲ ਸਕਦੇ ਹਾਂ ਭਾਜੀ ਨੂੰ, ਕੋਸ਼ਿਸ਼ ਬਹੁਤ ਕੀਤੀ ਭਾਜੀ ਨੂੰ ਮਿਲਣ ਦੀ ਪਰ ਭਾਜੀ ਮਿਲੇ ਨਹੀਂ ਕਦੀ। ਕੋਸ਼ਿਸ਼ ਹੈ ਹੁਣ ਫਿਰ ਕਿ ਹੋ ਸਕਿਆ ਕਿ ਇਸ ਵੀਡੀਓ ਤੋਂ ਬਾਅਦ ਫਿਰ ਮੈਂ ਭਾਜੀ ਕੋ ਜਾਵਾਂ ਮਿਲਾਂ, ਕਿ ਮਿਲਣ ਜ਼ਰੂਰ ਇੱਕ ਵਾਰਾਂ, ਕਿਉਂਕਿ ਉਹਨਾਂ ਦੇ ਇਲਾਕੇ ਦਾ, ਉਹਨਾਂ ਦੇ ਰਹਿਣ ਵਸਾਖੇ ਦਾ ਵਾਂ, ਉਹਨਾਂ ਦੇ ਪਦਮ ਸ਼੍ਰੀ ਵਡਾਲੀ ਸਾਹਿਬ ਦਾ, ਮੈਂ ਇੱਥੋਂ ਦਾ ਵਾਂ ਅਤੇ ਵਡਾਲੀ ਦਾ, ਸ਼ਾਇਦ ਮੈਨੂੰ ਮਿਲਣ ਭਾਜੀ। ਅਸੀਂ ਲਾਸਟ ਟਾਈਮ ਜਦੋਂ ਇੰਟਰਵਿਊ ਕੀਤਾ ਸੀ ਨਾ, ਤੇ ਉਸ ਸਮੇਂ ਲਖਵਿੰਦਰ ਹੋਣਾ ਨੇ ਖੁਦ ਕਿਹਾ ਸੀਗਾ ਕਿ ਮੈਂ ਮੱਟੂ ਨੂੰ ਮਿਲਣਾ ਚਾਹੁੰਦਾ ਵਾਂ, ਮੈਂ ਤੁਹਾਨੂੰ ਵੀ ਕਾਲ ਕੀਤਾ ਸੀ, ਉਸ ਤੋਂ ਬਾਅਦ ਵੀ ਨਹੀਂ ਕੋਈ ਮੇਲ ਜੋਲ ਹੋ ਸਕਿਆ? ਨਹੀਂ ਨਹੀਂ ਨਹੀਂ, ਉਸ ਤੋਂ ਬਾਅਦ ਮੈਨੂੰ ਭਾਜੀ ਮਿਲੇ ਨਹੀਂ, ਮੈਂ ਵੇਟ ਕੀਤੀ ਸੀ ਭਾਜੀ ਦੀ, ਮੈਨੂੰ ਮਿਲੇ ਨਹੀਂ। ਉਦੋਂ ਭਾਜੀ ਬਾਹਰ ਕਿੰਨੇ ਦਿਨ ਵੇਟ ਕੀਤੀ? ਤਕਰੀਬਨ ਇੱਕ ਦੋ ਦਿਨ ਵੇਟ ਕੀਤੀ ਮੈਂ ਭਾਜੀ ਦੀ, ਲਗਾਤਾਰ ਜਾਂਦਾ ਰਿਹਾ, ਇੱਕ ਦੋ ਦਿਨ ਜਾਂਦਾ ਰਿਹਾ ਭਾਜੀ ਵੱਲ। ਉਹ ਭਾਜੀ ਬਾਹਰ ਸੀ ਮੇਰੇ ਖਿਆਲ ਨਾਲ, ਸ਼ੋਅ ਵਗੈਰਾ ਤੇ ਭਾਜੀ ਬਾਹਰ ਸੀ। ਕੋਸ਼ਿਸ਼ ਹੈ ਕਿ ਹੁਣ ਭਾਜੀ ਸ਼ਾਇਦ ਮਿਲਣ, ਮੈਨੂੰ ਆਪ ਮੇਰਾ ਦਿਲ ਆਵਾਜ਼ ਦਿੰਦਾ ਕਿ ਸ਼ਾਇਦ ਭਾਜੀ ਮਿਲਣ, ਮਿਲ ਕੇ ਕੁਛ ਦੁੱਖ ਸੁੱਖ ਸਾਂਝੇ ਕਰੀਏ ਭਾਜੀ ਨਾਲ। ਬੜਾ ਸੁੱਖ ਮਿਲੇਗਾ ਕਿ ਯਾਰ ਭਾਜੀ ਮਿਲੇ, ਅੱਜ ਮੇਰੀ ਮਾਂ ਦਾ ਸੁਪਨਾ ਪੂਰਾ ਹੋਏਗਾ ਸ਼ਾਇਦ, ਕਿ ਉਹਨਾਂ ਨੂੰ ਵਡਾਲੀ ਸਾਹਿਬ ਨੂੰ ਦੇਖਦੇ ਸੀ ਗਾਉਂਦਿਆਂ, ਸਲੀਮ ਭਾਜੀ ਨੂੰ ਗਾਉਂਦਿਆਂ ਦੇਖਦੇ ਸੀ, ਉਹਨਾਂ ਦੇ ਨਾਲ ਉਹਨਾਂ ਨੇ ਇਸ ਕਰਕੇ ਮੇਰਾ ਸ਼ੌਂਕ ਜ਼ਿਆਦਾ ਕੀਤਾ। ਤੁਹਾਡੀ ਆਵਾਜ਼ ਜਿਹੜੀ ਹੈ ਨਾ ਉਹ ਬੜੇ ਸਿੰਗਰਾਂ ਨਾਲ ਮੈਚ ਕਰਦੀ, ਖਾਸ ਤੌਰ ਤੇ ਜੇ ਗੱਲ ਕੀਤੀ ਤਾਂ ਸਲੀਮ ਨਾਲ ਬਹੁਤ ਮੈਚ ਕਰਦੀ ਆ। ਕਦੀ ਸਲੀਮ ਹੋਣਾ ਦਾ ਕਾਲ ਨਹੀਂ ਆਇਆ ਜਾਂ ਉਹਨਾਂ ਦੇ ਕਿਸੇ ਬੰਦੇ ਦਾ ਕਾਲ ਨਹੀਂ ਆਇਆ ਕਿ ਯਾਰ ਅਸੀਂ ਤੇਰੇ ਨਾਲ ਐਲਬਮ ਕਰਨਾ ਚਾਹੁੰਦੇ, ਕਿਉਂਕਿ ਅਕਸਰ ਹੀ ਕੋ ਸਿੰਗਰ ਦੀ ਬਹੁਤ ਜ਼ਰੂਰਤ ਹੁੰਦੀ ਹੈ, ਤੁਹਾਡੀ ਆਵਾਜ਼ ਵੀ ਉਹਨਾਂ ਨਾਲ ਮੈਚ ਕਰਦੀ ਆ, ਕਦੀ ਉਹਨਾਂ ਦਾ ਫੋਨ ਨਹੀਂ ਆਇਆ? ਫੋਨ ਕਦੀ ਭਾਜੀ ਦਾ ਆਇਆ ਨਹੀਂ ਭਾਜੀ ਨੇ ਮੈਨੂੰ, ਪਰ ਇੱਕ ਦੋ ਵਾਰਾਂ ਫੰਕਸ਼ਨ 'ਤੇ ਮਿਲਿਆ ਮੈਂ ਭਾਜੀ ਉਹਨਾਂ ਨੂੰ, ਬਾਂਸਾਲੇ ਬਾਜ਼ਾਰ ਆਏ ਸੀ ਭਾਜੀ ਰਾਮਬਾਗ, ਮੈਂ ਉੱਥੇ ਮਿਲਿਆ ਭਾਜੀ ਨੂੰ, ਉਹਨਾਂ ਦੇ ਚਰਨ 'ਚ ਮੈਂ ਮੱਥਾ ਟੇਕਿਆ ਸਟੇਜ 'ਤੇ, ਮੱਥਾ ਟੇਕ ਕੇ ਕੁਛ ਸਿੱਖਣ ਨੂੰ ਮਿਲਿਆ ਮੈਨੂੰ, ਮੈਂ ਸਿੱਖ ਕੇ ਆਇਆ ਉੱਥੋਂ, ਉਹਨਾਂ ਨੂੰ ਮਿਲਿਆ, ਮੈਨੂੰ ਅੱਛਾ ਲੱਗਾ ਮਿਲ ਕੇ, ਮੇਰੇ ਦਿਲ ਨੂੰ ਸਕੂਨ ਮਿਲਿਆ ਕਿ ਸ਼ਾਇਦ ਅੱਜ ਮੇਰੇ ਡ੍ਰੀਮ ਪੂਰੇ ਥੋੜ੍ਹੇ ਬਹੁਤੇ ਹੋ ਗਏ, ਥੋੜ੍ਹੇ ਬਹੁਤੇ ਰਹਿ ਗਏ। ਬਾਕੀ ਅੱਗੇ ਕਿਰਪਾ ਕਰੇ ਕਿ ਜਲਦੀ ਮਿਲਾਂਗਾ ਭਾਜੀ ਨੂੰ, ਮਿਲਾਂਗਾ, ਕੋਸ਼ਿਸ਼ ਹੈ ਕਿ ਭਾਜੀ ਨੂੰ ਮਿਲਾਂ, ਜਾਂ ਭਾਜੀ ਮੈਨੂੰ ਆਪ ਬੁਲਾਉਣ, ਜਾਂ ਮੈਂ ਭਾਜੀ ਕੋਲ ਜਾਵਾਂ, ਜ਼ਰੂਰ ਮਿਲਾਂਗਾ ਜ਼ਰੂਰ ਸਲੀਮ ਭਾਜੀ ਨੂੰ। ਲੇਕਿਨ ਜਦੋਂ ਤੁਹਾਨੂੰ ਮਾਸਟਰ ਸਲੀਮ ਦੇ ਨਾਲ ਜੋੜਿਆ ਜਾਂਦਾ, ਕਹਿੰਦੇ ਆਵਾਜ਼ ਬੜੀ ਮੈਚ ਹੈ, ਖੁਸ਼ੀ ਹੁੰਦੀ ਮਨ ਨੂੰ ਕਿ ਯਾਰ ਇੱਕ ਬੜਾ ਵੱਡਾ ਸਿੰਗਰ ਹੈ ਜਿਹਨੂੰ ਬਾਲੀਵੁੱਡ ਦੇ ਲੋਕ ਵੀ ਪਿਆਰ ਕਰਦੇ ਆ, ਪੰਜਾਬੀ ਇੰਡਸਟਰੀ ਦੇ ਪਿਆਰ ਕਰਦੇ, ਕਹਿੰਦੇ ਵਿਦੇਸ਼ ਦੇ ਲੋਕ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ, ਖੁਸ਼ੀ ਹੁੰਦੀ ਮਨ ਨੂੰ? ਬੜੀ ਜ਼ਿਆਦਾ ਹੁੰਦੀ ਆ ਖੁਸ਼ੀ ਕਿ ਚਾਹੇ ਕਿਸੇ
ਦੇ ਨਾਲ ਹੀ ਨਾਮ ਨੂੰ ਜੋੜਿਆ ਜਾਂਦਾ ਹੈ ਨਾ, ਤੇ ਮੈਨੂੰ ਇੰਨੀ ਬੜੀ ਖੁਸ਼ੀ ਹੈ ਕਿ ਮੈਂ ਉਹਨਾਂ ਵਰਗਾ ਨਹੀਂ ਬਣ ਸਕਦਾ, ਪਰ ਉਹਨਾਂ ਦੀਆਂ ਹਵਾਵਾਂ ਵਰਗਾ ਜ਼ਰੂਰ ਹੈ। ਅਕਸਰ ਹੀ ਸਿੰਗਰਸ ਨੂੰ ਜਦੋਂ ਅਸੀਂ ਘਰ ਜਾ ਕੇ ਕੋਈ ਇੰਟਰਵਿਊ ਕਰਦੇ ਤਾਂ ਉਹਨਾਂ ਦਾ ਵਾਜਾ ਜ਼ਰੂਰ ਲੱਗੇ ਹੁੰਦਾ ਆ, ਤੁਹਾਡਾ ਵਾਜਾ ਨਹੀਂ ਨਜ਼ਰ ਆ ਰਿਹਾ, ਤੁਸੀਂ ਫਿਰ ਰਿਆਜ਼ ਕਿਸ ਤਰ੍ਹਾਂ ਕਰਦੇ ਹੋ? ਰਿਆਜ਼ ਭਾਜੀ ਮੈਂ ਇਸ ਤਰ੍ਹਾਂ ਹੀ ਬੈਠ ਕੇ ਜਾਂ ਕੰਮ ਕਰਦੇ ਰਿਆਜ਼ ਕਰ ਲਿਆ, ਜਾਂ ਤੁਰਦੇ ਫਿਰਦੇ ਰਿਆਜ਼ ਕਰ ਲਿਆ, ਜਾਂ ਬੈਠ ਕੇ 10 ਮਿੰਟ ਰਿਆਜ਼ ਕਰ ਲਿਆ, ਮੇਰਾ ਇਹੀ ਰਿਆਜ਼ ਹੈ ਬਸ। ਤੇ ਫਿਰ ਵਾਜਾ ਕਿੱਥੇ ਗਿਆ ਤੁਹਾਡਾ? ਵਾਜਾ ਜਦੋਂ ਮੇਰੀ ਮਦਰ ਠੀਕ ਨਹੀਂ ਸੀ ਮੈਂ ਉਦੋਂ ਵੇਚਿਆ ਭਾਜੀ। ਕਿੰਨੇ ਦਾ ਵੇਚਿਆ? ਮੈਂ 1300 ਰੁਪਏ ਦਾ ਵੇਚਿਆ ਭਾਜੀ। 1300 ਰੁਪਏ 'ਚ ਆਪਣਾ ਸਾਜ ਵੇਚਣਾ ਪੈ ਗਿਆ ਮਾਂ ਦੇ ਘਰ? ਹਾਂਜੀ। ਤੇ ਹੁਣ ਮਾਂ ਦਾ ਸੁਪਨਾ ਪੂਰਾ ਹੋਏਗਾ ਤੇ ਫਿਰ ਕਿੰਨੇ ਕੁ ਵਾਜੇ ਆ ਜਾਣਗੇ ਘਰ? ਮੈਂ ਵਾਜਾ ਭਾਜੀ ਜਿਹੜਾ 1300 ਦਾ ਲਿਆ ਮੈਂ ਉਹੀ ਵਾਜਾ ਦੁਬਾਰਾ ਉਸੇ ਟੋਪਿੰਗ ਦੇ ਵਿੱਚ ਬਣਾਵਾਂਗਾ, ਉਸ ਵਾਜੇ ਨੂੰ ਰੱਖਾਂਗਾ ਭਾਜੀ ਸੰਭਾਲ ਕੇ। ਤੇ ਹੁਣ ਕੰਮ ਕੁੰਮ ਮਿਲਦਾ ਪਿਆ ਵਾ, ਕਿਉਂਕਿ ਅਕਸਰ ਹੀ ਰੋਜ਼ੀ ਰੋਟੀ ਚਲਾਉਣੀ ਬੜੀ ਜ਼ਰੂਰੀ ਆ, ਰੋਜ਼ੀ ਰੋਟੀ ਤੋਂ ਬਗੈਰ ਬੰਦੇ ਦਾ ਨਹੀਂ ਗੁਜ਼ਾਰਾ, ਫਿਰ ਤੁਹਾਨੂੰ ਹੁਣ ਕੰਮ ਕੁੰਮ ਮਿਲਦਾ ਪਿਆ ਨਾਲ? ਭਾਜੀ ਜਾ ਰਿਹਾ ਮੈਂ ਕਦੀ ਕਿਸੇ ਸਿੰਗਰ ਦੇ ਨਾਲ, ਜਿਹੜੇ ਆਮ ਛੋਟੇ ਸਿੰਗਰ ਨੇ ਜਿਨ੍ਹਾਂ ਦੇ ਘਰਾਂ ਦੇ ਜਾਗਰਣ ਕਰਦੇ ਨੇ, ਮਹੰਤ ਹੋ ਗਏ, ਉਹਨਾਂ ਨਾਲ ਕੰਮ ਚੱਲ ਰਿਹਾ, ਰੋਜ਼ੀ ਰੋਟੀ ਚੱਲ ਰਹੀ ਹੈ ਮੇਰੀ, ਇੰਨੇ 'ਚ ਬੜਾ ਖੁਸ਼ ਹਾਂ ਮੈਂ ਕਿ ਮੇਰੀ ਰੋਜ਼ੀ ਰੋਟੀ ਚੱਲ ਰਹੀ ਹੈ। ਮੈਂ ਅੱਜ ਵੀ ਹਾਲਾਤ ਉਹੀ ਦੇਖਦਾ ਪਿਆ ਵਾ ਕਿ ਹਾਲਾਤ ਉਸ ਤਰ੍ਹਾਂ ਦੇ ਬਣੇ ਹੋਏ ਜਿਸ ਤਰ੍ਹਾਂ ਦੇ ਪਹਿਲੋਂ ਹਾਲਾਤ ਸੀਗੇ, ਤੇ ਇੱਕ ਦੋ ਬਦਲਣਗੇ, ਮੱਟੂ ਸਿੰਗਰ ਕਦੋਂ ਬਣੇਗਾ, ਕਦੋਂ ਆਪਣੀ ਮਾਂ ਦਾ ਸੁਪਨਾ ਪੂਰਾ ਕਰ ਸਕਦਾ? ਕੋਸ਼ਿਸ਼ ਜ਼ਰੂਰੀ ਹੈ ਜੀ, ਕੋਸ਼ਿਸ਼ ਲੱਗੇ, ਜੰਗ ਹੈ ਮੇਰੇ ਵਾਸਤੇ, ਮੈਂ ਜੰਗ ਹੀ ਕਹਿੰਦਾ ਹੈ ਕਿ ਮੇਰੇ ਵਾਸਤੇ ਜੰਗ ਹੈ, ਮੇਰੀ ਮਾਂ ਨੇ ਜਿਹੜੀ ਮੈਨੂੰ ਸੌਂਪਿਆ ਇਹ ਕੰਮ ਨਹੀਂ, ਇਹ ਜੰਗ ਆ, ਲੜਨਾ ਜ਼ਰੂਰ ਹੈ, ਲੜਾਂਗੇ ਜਿੰਨਾ ਤੱਕ ਹਿੰਮਤ ਹੈ, ਜਿੰਨਾ ਤੱਕ ਸਵਾਸ ਹੈ ਉਨਾ ਤੱਕ ਲੜਾਂਗੇ, ਅੱਗੇ ਪਰਮਾਤਮਾ ਜਾਣੇ। ਮੱਟੂ ਦਾ ਸਾਥ ਕੌਣ ਕੌਣ ਦਿੰਦਾ ਇਸ ਵੇਲੇ ਹੁਣ ਘਰ 'ਚ? ਘਰ 'ਚ ਮੇਰੇ ਦੋ ਬ੍ਰਦਰ ਦੇ ਰਹੇ ਨੇ ਤੇ ਦੋਨਾਂ ਬ੍ਰਦਰਾਂ ਤੇ ਮਾਂ ਨੇ ਭਾਜੀ। ਫਿਰ ਇੱਥੇ ਹੀ ਰਹਿੰਦੇ ਨੇ ਸਾਰੇ? ਹਾਂਜੀ ਹਾਂਜੀ, ਆਪਾਂ ਤਿੰਨੇ ਇੱਥੇ ਸਟੇ ਵਗੈਰਾ ਕਰਦੇ ਹਾਂ। ਤੇ ਇਹ ਅੱਜ ਵੀ ਕਿਰਾਏ ਤੇ ਆ, ਕਿਉਂਕਿ ਪਹਿਲਾਂ ਵੀ ਕਿਰਾਏ ਤੇ ਗੱਲ ਕੀਤੀ ਸੀ, ਅੱਜ ਵੀ ਕਿਰਾਏ ਤੇ? ਅੱਜ ਵੀ ਕਿਰਾਏ ਤੇ ਹੀ ਆ ਭਾਜੀ। ਫਿਰ ਕਿਰਾਇਆ ਨਿਕਲ ਜਾਂਦਾ? ਨਿਕਲ ਜਾਂਦਾ ਭਾਜੀ, ਹਜੇ ਤੇ ਫਿਲਹਾਲ ਉਹਦਾ ਮੈਂ 1500-2000 ਦੇਣਾ ਹੀ ਆ। ਸਵੇਰੇ ਵੀ ਉਹ ਕਹਿ ਕੇ ਗਿਆ ਕਿ ਭਾਜੀ ਮੈਂ ਤੁਹਾਡੀਆਂ ਬੱਤੀ ਦੀਆਂ ਤਾਰਾਂ ਵਗੈਰਾ ਕੱਟ ਦੇਣੀਆਂ ਜਾਂ ਚਿੰਦਰਾ ਮਾਰ ਜਾਣਾ, ਤੇ ਮੈਂ ਕਿਹਾ ਭਾਜੀ 2 ਕੁ ਦਿਨ ਦਿਓ, ਹਜੇ ਮੇਰੀ ਦਿਹਾੜੀਆਂ ਨਹੀਂ ਲੱਗਣੀਆਂ, ਜਦੋਂ ਦਿਹਾੜੀ ਲੱਗਣੀਆਂ ਭਾਜੀ ਮੈਂ ਤੁਹਾਨੂੰ ਆਪੇ 500-500 ਕਰਕੇ ਦੇ ਦਾਂਗਾ। ਤੇ ਮਨ ਨੂੰ ਮਲਾਲ ਹੁੰਦਾ ਹੈ ਕਿਉਂਕਿ ਪੰਜਾਬ ਦੇ ਏਡੇ ਵੱਡੇ ਸਿੰਗਰ ਸਾਡੇ ਲਾਗੇ ਛਾਗੇ ਹੋਣ, ਆਵਾਜ਼ ਸੋਹਣੀ ਹੋਵੇ, ਫਿਰ ਵੀ ਉਹ ਮੁਕਾਮ ਤੇ ਨਹੀਂ ਪਹੁੰਚਿਆ ਜਾ ਰਿਹਾ ਜਿਸ ਮੁਕਾਮ ਤੇ ਪਹੁੰਚਿਆ ਜਾਣਾ ਚਾਹੀਦਾ ਸੀ। ਰੋਸਾ ਭਾਜੀ ਬਹੁਤ ਹੁੰਦਾ ਹੈ ਕਿ ਆ ਇੰਨੀ ਸੋਹਣੀ ਆਵਾਜ਼ ਵੀ ਪਰਮਾਤਮਾ ਨੇ ਦਿੱਤੀ ਆ ਤੇ ਕਿਸੇ ਕੰਮ ਨਹੀਂ ਆ ਭਾਜੀ, ਕਿਉਂਕਿ ਹਾਲਾਤ ਗਰੀਬੀ ਦੇ ਬਹੁਤ ਮਾੜੇ ਨੇ, ਕਿਉਂਕਿ ਜਦੋਂ ਬੰਦਾ ਗਰੀਬੀ ਦੇ ਵਿੱਚ ਪੈਂਦਾ, ਮੈਨੂੰ ਪਤਾ ਕਿ ਜਦੋਂ ਸਵੇਰੇ ਉੱਠ ਕੇ ਉਸ ਬੰਦੇ ਨੇ ਕਿਹਾ ਮੈਂ ਤਾਰ ਕੱਟ ਜਾਣੀ, ਤੇ ਮੈਂ ਸੋਚਣਾ ਕਿ ਯਾਰ ਮੈਂ ਬੱਤੀ 'ਚ ਹਨੇਰੇ 'ਚ ਕਿਸ ਤਰ੍ਹਾਂ ਪਵਾਂਗਾ, ਗਰਮੀ ਬਹੁਤ ਆ, ਜਗਲਾ ਜਿੰਦਰਾ ਮਾਰ ਗਿਆ, ਫਿਰ ਛੇੜ ਸਭ ਸੋਣਾ ਆਪਣਾ, ਉਦਾਸੀ ਬਹੁਤ ਹੈ। ਪਰ ਫਿਰ ਇਹ ਕੀ ਕਹਿੰਦਾ ਕਿ ਅਗਰ ਜੇ ਮਾਂ ਦਾ ਸ਼ੌਂਕ ਹੋਇਆ ਤੇ ਫਿਰ ਪੂਰਾ ਕਰਨਾ, ਜੇ ਮਾਂ ਦਾ ਸ਼ੌਂਕ ਨਾ ਹੁੰਦਾ ਤੇ ਫਿਰ ਮੈਂ ਛੱਡ ਦੇਣਾ ਸੀ ਭਾਜੀ, ਫਿਰ ਮੈਂ ਇਸ ਲਾਈਨ 'ਚ ਆਉਣਾ ਹੀ ਨਹੀਂ। ਸਰੋਤਿਆਂ ਨੂੰ ਕੀ ਅਪੀਲ ਕਰਨਾ ਚਾਹੋਗੇ? ਸਰੋਤਿਆਂ ਨੂੰ ਇਹੀ ਅਪੀਲ ਹੈ ਕਿ ਭਾਜੀ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਸਲੀਮ ਭਾਜੀ ਤੱਕ, ਲਖਵਿੰਦਰ ਵਡਾਲੀ ਤੱਕ, ਪੰਜਾਬੀ ਸਿੰਗਰਾਂ ਤੱਕ ਪਹੁੰਚਾਓ, ਉਹਨਾਂ ਨੂੰ ਅਹਿਸਾਸ ਦਿਲਾਓ ਕਿ ਪਤਾ ਲੱਗੇ ਕਿ ਕੋਈ ਅੰਮ੍ਰਿਤਸਰ ਦੇ ਵਿੱਚ ਕੋਈ ਗਰੀਬ ਜਾਂ ਨਵਾਜ਼ੀ ਹੈ ਜਿਹੜਾ ਆਪਣੀ ਮਾਂ ਦਾ ਸ਼ੌਂਕ 10 ਸਾਲਾਂ ਤੋਂ ਲੈ ਕੇ ਬੈਠਾ ਹੈ, ਉਹ ਸ਼ੌਂਕ ਸ਼ਾਇਦ ਪੂਰਾ ਹੋ ਜਾਏ। ਅੱਛਾ, ਇੱਕ ਹੋਰ ਚੀਜ਼ ਮੈਂ ਜਾਣਨਾ ਚਾਹੁੰਦਾ ਕਿ ਜਦੋਂ ਅਸੀਂ ਸਟੇਜ ਸ਼ੋਅਜ਼ ਤੇ ਵੇਖਦੇ ਹਾਂ, ਕਦੀ ਸਲੀਮ ਹੋਣਾ ਨੂੰ ਦੇਖਦੇ ਹਾਂ, ਉਹ ਨੋਟ ਜਿਹੜੇ ਆ ਬੱਚਿਆਂ ਨੂੰ ਵੰਡ ਦਿੰਦੇ ਨੇ, ਪੈਸੇ ਬੱਚਿਆਂ ਨੂੰ ਵੰਡ ਦਿੰਦੇ ਨੇ, ਕਈ ਵਾਰ ਨੂਰਾ ਸਿਸਟਰਸ ਨੂੰ ਦੇਖਿਆ ਅਸੀਂ, ਉਹ ਵੀ ਇਸ ਤਰ੍ਹਾਂ ਹੀ ਬੱਚਿਆਂ ਨੂੰ ਪੈਸੇ ਵੰਡਦੇ। ਲਖਵਿੰਦਰ ਹੋਣਾ ਨੂੰ ਵੀ ਮੈਂ ਕਈ ਵਾਰ ਵੇਖਿਆ ਕਿ ਬਹੁਤ ਸਾਰੇ ਜਿਹੜੇ ਗਰੀਬ ਪਰਿਵਾਰ ਨੇ ਜਾਂ ਕੁੜੀਆਂ ਦੇ ਵਿਆਹ ਵੀ ਕਰ ਰਹੇ ਹਾਂ ਤੇ ਲਖਵਿੰਦਰ ਭਾਜੀ ਪਿੱਛੇ ਨਹੀਂ ਹਟਦੇ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਫੇਮ ਵਾਸਤੇ ਹੁੰਦਾ ਹੈ ਕਿ ਤੁਹਾਨੂੰ ਲੱਗਦਾ ਕਿ ਨਹੀਂ ਵਾਕਈ ਉਹ ਮਦਦ ਕਰਨਾ ਚਾਹੁੰਦੇ, ਤੇ ਅਗਰ ਤੁਸੀਂ ਉਸ ਪਲੇਟਫਾਰਮ ਤੱਕ ਪਹੁੰਚ ਕੇ ਜਾਂ ਉਸ ਮਤਲਬ ਕਿ ਹੈਸੀਅਤ ਤੱਕ ਪਹੁੰਚ ਕੇ ਤੁਸੀਂ ਵੀ ਲੋਕਾਂ ਦੀ ਮਦਦ ਕਰੋਗੇ? ਮੈਂ ਜ਼ਰੂਰ ਕਰਾਂਗਾ ਭਾਜੀ, ਕਿਉਂਕਿ ਜਿਹੜਾ ਪਰਸਨ ਗਰੀਬੀ ਹਾਲਾਤ 'ਚੋਂ ਨਿਕਲਿਆ ਹੁੰਦਾ ਨਾ, ਉਹ ਗਰੀਬ ਦੀ ਮਦਦ ਦਾ ਪਤਾ ਹੁੰਦਾ, ਉਹਨੂੰ ਗਰੀਬ ਦੇ ਹਾਲਾਤ ਦਾ ਪਤਾ ਹੁੰਦਾ ਕਿ ਗਰੀਬੀ ਕੀ ਹੈ। ਫਿਰ ਤੇ ਸਲੀਮ ਹੋਣਾ ਤੋਂ ਜ਼ਿਆਦਾ ਪਤਾ ਨਾ ਚਾਹੀਦਾ, ਉਹਨਾਂ ਨੇ ਬੜਾ ਸਮਾਂ ਕੱਟਿਆ, ਤੁਹਾਡੇ ਵਾਂਗੂ ਹੀ ਉਹ ਘਰ ਦੇ ਵਿੱਚ ਹੁੰਦੇ ਸੀਗੇ, ਬੜਾ ਬੁਰੇ ਹਾਲਾਤ ਸੀਗੇ ਉਹਨਾਂ ਦੇ ਘਰ ਦੇ, ਫਿਰ ਤਾਂ ਉਹਨਾਂ ਨੂੰ ਵੀ ਹੋਣਾ ਚਾਹੀਦਾ।
ਹੁੰਦਾ ਹੈ ਭਾਜੀ, ਬਸ ਭਾਜੀ ਨਾਲ ਮੇਲ ਹੀ ਨਹੀਂ ਹੋਇਆ ਜਿਸ ਦਿਨ ਭਾਜੀ ਨਾਲ ਹੋਇਆ। ਮੈਨੂੰ ਕੋਸ਼ਿਸ਼ ਇਹ ਹੈ, ਮੇਰੀ ਆਸ ਇਹ ਕਿ ਜਿਸ ਦਿਨ ਭਾਜੀ ਨਾਲ ਮੇਲ ਹੋਇਆ ਸ਼ਾਇਦ ਇੱਕ ਦੋ ਪ੍ਰੋਜੈਕਟ ਮੇਰੇ ਇੱਕ ਦੋ ਭੇਟਾਂ ਕਰਵਾਉਣਗੇ, ਮੇਰੀ ਰੋਜੀ ਰੋਟੀ ਮੇਰਾ ਦਾਲ ਫੁਲਕਾ ਚੱਲੇਗਾ ਜ਼ਰੂਰ। ਕੋਈ ਸਰੋਤਿਆਂ ਨੂੰ ਤੁਸੀਂ ਗਾਣਾ ਸੁਣਾਉਣਾ ਚਾਹੋ ਆਪਣੀ ਆਵਾਜ਼ ਦੇ ਨਾਲ, ਔਰ ਇਸ ਤਰ੍ਹਾਂ ਦਾ ਗਾਣਾ ਸੁਣਾਇਓ ਕਿ ਜਿਹੜਾ ਵਾਇਰਲ ਹੋਵੇ ਤੇ ਲੋਕ ਕਹਿਣ ਨਹੀਂ, ਜੇਕਰ ਜਗਰਾਤਾ ਵੀ ਕਰਾਉਣਾ ਤੇ ਵਿਜੇ ਮਟੂ ਕੋਈ ਕਰਾਉਣਾ ਔਰ ਕਿਸੇ ਕੋ ਨਹੀਂ ਕਰਾਉਣਾ। ਮੈਂ ਮਾਂ ਦਾ ਇੱਕ ਗੀਤ ਸੁਣਾਵਾਂਗਾ ਜੀ। ਹੋਏ ਇੰਨੀਆਂ ਗੂੜੀਆਂ ਜਗ ਤੇ ਛਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ, ਕੰਮ ਦੋਸਤਾ ਆਖਾਂ ਤੈਨੂੰ ਕਰ ਜਾਵੀਂ, ਮਾਂ ਦੇ ਮਰਨ ਤੋਂ ਪਹਿਲਾਂ ਪਹਿਲਾਂ ਮਰ ਜਾਵੀਂ, ਉਹ ਮੁਫ਼ਤ ਚ ਇੰਨੀਆਂ ਨੇਕ ਸਲਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਬਿਲਕੁਲ ਤੁਸੀਂ ਸਹੀ ਗੱਲ ਕਹੀ ਆ, ਲੇਕਿਨ ਇਸ ਗਾਣੇ ਦੇ ਵਿੱਚ ਬਹੁਤ ਦਰਦ ਆ, ਔਰ ਜਦੋਂ ਅੱਜ ਵੀ ਮਾਂ ਨੂੰ ਯਾਦ ਕਰਦੇ ਹੋ ਅੱਖਾਂ ਨਮ ਹੁੰਦੀਆਂ ਨੇ, ਯਾਦ ਕਰਦੇ ਹੋ ਕਿ ਉਹ ਸਮਾਂ ਠੀਕ ਸੀਗਾ ਜਾਂ ਮਾਂ ਅੱਜ ਹੁੰਦੀ ਜਾਂ ਬਾਪ ਅੱਜ ਹੁੰਦਾ ਤੇ ਅੱਜ ਮੱਟੂ ਜਿਹੜਾ ਸੀਗਾ ਅਲੱਗ ਪਲੇਟਫਾਰਮ ਤੇ ਨਜ਼ਰ ਆਉਂਦਾ। ਉਹ ਫਿਰ ਵਜੀ ਹੁੰਦਾ ਅਕਸਰ ਕਿ ਜਦੋਂ ਮਾਂ ਬਾਪ ਦਾ ਸਾਇਆ ਸਿਰ ਤੇ ਹੋਵੇ ਨਾ ਕਿਸੇ ਦੇ, ਤੇ ਉਹ ਇੱਕ ਬੜੀ ਅਲੱਗ ਚੀਜ਼ ਹੋ ਜਾਂਦੀ ਆ, ਕਿਉਂਕਿ ਸਿਰ ਤੇ ਮਾਂ ਬਾਪ ਹੁਣ ਮੈਨੂੰ ਕਿਸੇ ਲਈ ਪਿਓ ਮੀਟਰ ਮਾਂ ਮੀਟਰ ਕਹਿ ਦਿੰਦੇ ਨੇ, ਠੀਕ ਹੈ ਜੀ, ਤੇ ਸ਼ਾਇਦ ਮੇਰਾ ਮਾਂ ਬਾਪ ਹੁੰਦਾ ਅੱਜ ਮੈਨੂੰ ਪਿਓ ਮੀਟਰ ਮਾਂ ਮੀਟਰ ਨਾ ਕਹਿੰਦੇ, ਤੇ ਅੱਜ ਮੈਨੂੰ ਪਤਾ ਸੀ ਕਿ ਮੇਰੇ ਬਾਪ ਭਾਵੇਂ ਘੱਟ ਕਮਾਉਂਦਾ ਭਾਵੇਂ ਜ਼ਿਆਦਾ ਕਮਾਉਂਦਾ, ਮੇਰੀ ਮਾਂ ਘੱਟ ਕਮਾਉਂਦੀ ਜ਼ਿਆਦਾ ਕਮਾਉਂਦੀ, ਮੈਨੂੰ ਇੰਨਾ ਪਤਾ ਸੀ ਕਿ ਮੈਨੂੰ ਉਹਨੇ ਕਿਸੇ ਨਾ ਕਿਸੇ ਮਕਸਦ ਤੇ ਚਾੜ ਹੀ ਦੇਣਾ ਸੀ, ਮੈਨੂੰ ਕਿਸੇ ਨਾ ਕਿਸੇ ਫਲਾਈਟ ਤੇ ਚਾੜਨਾ ਸੀ, ਕਿਉਂਕਿ ਮੈਨੂੰ ਪਤਾ ਸੀ ਮੇਰੀ ਮਾਂ ਨੇ ਜੋ ਕਿਹਾ ਤੇ ਉਹ ਕਰਨਾ ਹੀ ਕਰਨਾ, ਤੇ ਮੇਰੀ ਮਾਂ ਦਾ ਸ਼ੌਂਕ ਮੈਂ ਤਾਂ ਕਰਕੇ ਇਸ ਜਗ੍ਹਾ ਤੇ ਹਾਂ। ਕਦੀ ਇਸ ਤਰ੍ਹਾਂ ਵੀ ਹੋਇਆ ਕਿ ਸੋਚਦੇ ਹੋ ਤੇ ਅੱਖਾਂ ਨਮ ਹੋ ਜਾਂਦੀਆਂ ਹੁਣ ਕਿ ਮਾਂ ਦਾ ਸੁਪਨਾ ਵਾ ਪੂਰਾ ਨਹੀਂ ਹੋ ਪਾ ਰਿਹਾ ਤੇ ਅੱਜ ਅੱਖਾਂ ਨਮ ਹੋਣ ਤੇ ਇਕੱਲੇ ਬੈਠੇ ਹੋ, ਭਰਾ ਸਮਝਾਉਂਦੇ ਹੁਣ ਕਿ ਕੋਈ ਗੱਲ ਨਹੀਂ ਮੈਸੀ ਤੇਰੇ ਨਾਲ ਹੈ, ਕਦੀ ਇਸ ਤਰ੍ਹਾਂ ਹੋਇਆ? ਭਾਜੀ ਬੜੀ ਯਾਰ ਹੋਇਆ ਮੇਰੇ ਨਾਲ, ਮੈਂ ਇਸ ਕਮਰੇ ਦੇ ਇਸ ਜਗ੍ਹਾ ਤੇ ਬੈਠ ਕੇ ਮੈਂ ਬੜਾ ਰੋਇਆ ਭਾਜੀ, ਮੰਦਰ ਵੱਲ ਨੂੰ ਮੂੰਹ ਕਰਕੇ ਮੈਂ ਬਹੁਤ ਰੋਇਆ ਕਿ ਹੁਣ ਹੀ ਸੁਣ ਲਾ ਪਰਮਾਤਮਾ, ਹੁਣ ਤੇ 10 ਸਾਲ ਹੋ ਗਏ ਆ, 11ਵਾਂ ਸਾਲ ਚੜਨ ਵਾਲਾ ਹੈ, ਮਾਂ ਦਾ ਸੁਪਨਾ ਫੇਰ ਉੱਥੇ ਦੀ ਉੱਥੇ ਆ, ਪਤਾ ਨਹੀਂ ਮੇਰੀ ਜ਼ਿੰਦਗੀ 5 ਸਾਲ ਹੋ ਰਿਹਾ 10 ਸਾਲ ਹੋ ਰਿਹਾ ਜੀ, ਅਗਰ ਮਾਂ ਦਾ ਸੁਪਨਾ ਨਾ ਪੂਰਾ ਮੈਂ ਉੱਪਰ ਜਾ ਕੇ ਕੀ ਜਵਾਬ ਦੂੰਗਾ ਆਪਣੀ ਮਾਂ ਨੂੰ ਕਿ ਮੈਂ ਸੁਪਨਾ ਤੇਰਾ ਪੂਰਾ ਨਹੀਂ ਕਰ ਸਕਿਆ, ਕੰਮ ਹੀ ਸੀ ਉਹ ਨਹੀਂ ਮੈਂ ਪੂਰਾ ਕਰ ਸਕਿਆ ਤੇਰਾ। ਕੀ ਲੱਗਦਾ ਦੁਆਵਾਂ ਹੋਰ ਚਾਹੀਦੀਆਂ ਨੇ ਹਜੇ ਮੱਟੂ ਨੂੰ ਕਿ ਜਿਹੜਾ ਹਾਈਪ ਮਿਲਣੀ ਚਾਹੀਦੀ ਉਹ ਹਾਈਪ ਮਿਲੇ? ਮੈਂ ਕੋਸ਼ਿਸ਼ ਇਹੀ ਆ ਕਿ ਮੈਨੂੰ ਦੁਆਵਾਂ ਦੀ ਤੁਹਾਡੀ ਲੋੜ ਆ, ਸਰੋਤਿਆਂ ਦੇ ਪਿਆਰ ਦੀ ਲੋੜ ਹੈ ਕਿ ਮੈਨੂੰ ਪਿਆਰ ਚਾਹੀਦਾ, ਵੱਧ ਤੋਂ ਵੱਧ ਦੁਆਵਾਂ ਚਾਹੀਦੀਆਂ ਤੁਹਾਡੀਆਂ, ਅਗਰ ਤੁਹਾਡੀਆਂ ਦੁਆਵਾਂ ਹੈ ਤੇ ਤੁਹਾਡੀਆਂ ਦੁਆਵਾਂ ਦੇ ਨਾਲ ਗਰੀਬੀ ਹਾਲਾਤ ਦੇ ਵਿੱਚੋਂ ਮੈਂ ਬਾਹਰ ਨਿਕਲ ਸਕਦਾ, ਮੇਰੀ ਮਾਂ ਦਾ ਸ਼ੌਂਕ ਪੂਰਾ ਹੋ ਸਕਦਾ। ਲਾਸਟ ਸਵਾਲ ਹੈ ਮੇਰਾ ਤੁਹਾਨੂੰ, ਕੋਈ ਸਾਡੇ ਆਡੀਅੰਸ ਨੂੰ ਕੁਝ ਕਹਿਣਾ ਚਾਹੋ ਜਾਂ ਕੁਝ ਸੁਣਾਉਣਾ ਚਾਹੋ, ਕੁਝ ਤੁਸੀਂ ਕਹਿਣਾ ਚਾਹੋ? ਮੈਂ ਆਡੀਅੰਸ ਨੂੰ ਮੈਂ ਨੰਬਰ ਦਵਾਂਗਾ ਜੀ ਆਪਣਾ, ਮੇਰਾ ਨੰਬਰ ਹੈ 99-88-56-29, 99-88-56-29, ਕਿਸੇ ਵੀ ਭਰਾ ਨੇ ਮੈਨੂੰ ਕਾਲ ਕਰਨੀ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਮਦਦ ਕਰਨੀ ਹੋਵੇ ਤੁਸੀਂ ਮੈਨੂੰ ਕਾਲ ਕਰਕੇ ਮੇਰੀ ਮਦਦ ਕਰ ਸਕਦੇ ਹੋ, ਤੇ ਜਾਂਦਿਆਂ ਜਾਂਦਿਆਂ ਇੱਕ ਤੁਹਾਨੂੰ ਗਾਣਾ ਸੁਣਾਵਾਂਗਾ। ਤੂੰ ਕਿੱਥੇ ਜਾ ਕੇ ਬਹਿ ਗਈ ਏ ਜਿੱਥੋਂ ਮੁੜ ਕੇ ਨਾ ਆਵੇ ਮਾਂ, ਤੂੰ ਕਿੱਥੇ ਜਾ ਕੇ ਬਹਿ ਗਈ ਏ ਜਿੱਥੋਂ ਮੁੜ ਕੇ ਨਾ ਆਵੇ ਮਾਂ, ਭੁੱਲਦਾ ਨਾ ਬਚਪਨ ਮੈਨੂੰ ਨਾ ਭੁੱਲੇ ਮੌਜ ਮਾਣੀ ਮਾਂ, ਮੱਖਣਾ ਨਾ ਪਾਲੇ ਆਈ ਮੈਨੂੰ ਮੇਰੀ ਰਾਣੀ ਮਾਂ, ਉਹ ਪਲ ਪਲ ਤੇਰੀ ਯਾਦ ਸਤਾਵੇ ਮਾਂ,
ਤੂੰ ਕਿੱਥੇ ਜਾ ਕੇ ਬਹਿ ਗਈਏ ਜਿੱਥੋਂ ਮੁੜ ਕੇ ਨਾ ਆਵੇ ਮਾਂ। ਬਿਲਕੁਲ ਵਿਜੇ ਮੱਟੂ ਦੇ ਅੱਜ ਵੀ ਦਿਲਾਂ ਦੇ ਵਿੱਚ ਜਿਹੜਾ ਹੈ ਉਹ ਮਾਂ ਦਾ ਦਰਦ ਦੇਖਣ ਨੂੰ ਮਿਲਦਾ ਪਿਆ, ਲੇਕਿਨ ਕਿਤਨਾ ਕਿਤੇ ਮਾਂ ਦਾ ਸੁਪਨਾ ਪੂਰਾ ਕਰਨ ਵਾਸਤੇ ਇਸ ਵੱਲੋਂ ਹਰ ਇੱਕ ਜ਼ੋਰ ਇਹੜੀ ਚੋਟੀ ਦਾ ਜਿਹੜਾ ਉਹ ਲਗਾਇਆ ਜਾ ਰਿਹਾ, ਔਰ ਇਹਨਾਂ ਦੀ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ 'ਤੇ ਜਿਹੜੀ ਆ ਉਹ ਲਗਾਤਾਰ ਹੀ ਵਾਇਰਲ ਹੋ ਰਹੀ ਹੈ, ਔਰ ਉਸ ਵਿੱਚ ਵੀ ਮਾਂ ਨੂੰ ਲੈ ਕੇ ਹੀ ਰਿਲੇਟਡ ਜਿਹੜਾ ਸੌਂਗ ਜਿਹੜਾ ਸੀਗਾ ਉਹ ਬੋਲਿਆ ਜਾ ਰਿਹਾ। ਲੇਕਿਨ ਲਗਾਤਾਰ ਹੀ ਕਈ ਇਸ ਤਰ੍ਹਾਂ ਦੇ ਸਿੰਗਰ ਨੇ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਨੇ ਤਿੰਨੋਂ ਦਿਨ ਹੀ ਸਟਾਰ ਬਣਾ ਦਿੱਤਾ, ਉਸ ਤੋਂ ਬਾਅਦ ਉਹਨਾਂ ਦਾ ਜੋ ਜ਼ੀਨ ਜ਼ਿੰਦਗੀ ਦਾ ਸਫ਼ਰ ਸੀ ਉਹ ਅਲੱਗ ਬਣਾ ਦਿੱਤਾ। ਲੇਕਿਨ ਕਿਤਨਾ ਕਿਤੇ ਅੱਜ ਵਿਜੇ ਮੱਟੂ ਦੀ ਵੀਡੀਓ ਜਿੱਦਾਂ ਵਾਇਰਲ ਹੋਈ ਉਸ ਤੋਂ ਬਾਅਦ ਅਸੀਂ ਵੀ ਚਾਹਾਂਗੇ ਕਿ ਵਿਜੇ ਮੱਟੂ ਦਿਨ ਦੁੱਗਣੀ ਰਾਤ ਚੁਗਣੀ ਜਿਹੜੀ ਤਰੱਕੀ ਕਰੇ, ਔਰ ਖਾਸ ਤੌਰ 'ਤੇ ਲੋਕਾਂ ਨੂੰ ਵੀ ਅਸੀਂ ਇਹੀ ਅਪੀਲ ਕਰਾਂਗੇ ਜੋ NRIs ਨੇ ਉਹਨਾਂ ਨੂੰ ਵੀ ਅਪੀਲ ਕਰਾਂਗੇ ਕਿ ਇਸ ਵਰਗੇ ਵੀਰ ਦੀ ਜਿਹੜੀ ਆ ਮਦਦ ਕੀਤੀ ਜਾਵੇ ਤਾਂ ਜੋ ਕਿ ਉਹ ਆਪਣੀ ਮਾਂ ਦਾ ਸੁਪਨਾ ਜਿਹੜਾ ਹੈ ਉਹ ਪੂਰਾ ਕਰ ਸਕੇ। ਉਹਨਾਂ ਦੀ ਬਿਮਾਰੀ ਦੇ ਸਮੇਂ ਜੋ ਉਹਨਾਂ ਵੱਲੋਂ 1300 ਰੁਪਏ ਦਾ ਆਪਣਾ ਵਾਜਾ ਵੇਚਿਆ ਗਿਆ ਸੀ ਉਹ ਦੁਬਾਰਾ ਤੋਂ ਆਪਣਾ ਖਰੀਦ ਸਕੇ। ਕੈਮਰਾਮੈਨ ਵੰਸ਼ ਦੇ ਨਾਲ ਗੁਰਪ੍ਰੀਤ ਸਿੰਘ, ਅੰਮ੍ਰਿਤਸਰ ਸਾਹਿਬ।